ਪਰਦੇ ਦੇ ਪੰਕਜ ਜੜਵਾਨੀ ਨੇ 26ਵੀਂ ਵਾਰ ਵਿਸ਼ਵ ਬਿਲਿਅਰਡਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਜੜਵਾਨੀ ਨੇ ਖਿਤਾਬ ਸੌਰਵ ਕੁਠਾਰੀ ਨੂੰ ਹਰਾ ਕੇ ਜਿੱਤੇ। ਆਈਬੀਐਸਐਫ ਵਿਸ਼ਵ ਬਿਲਿਅਰਡਸ ਚੈਂਪੀਅਨਸ਼ਿਪ ਦੇ ਫਾਈਨਲਸ 'ਚ ਅੱਜ ਸੌਰਵ ਕੁਠਾਰੀ ਪੰਕਜ ਜੜਵਾਨੀ ਸਾਹਮਣੇ ਟਿਕ ਨਹੀਂ ਸਕਿਆ। ਪੰਕਜ ਨੇ ਆਪਣਾ ਪਹਿਲਾ ਵਿਸ਼ਵ ਖਿਤਾਬ ਸਾਲ 2005 ਵਿੱਚ ਜਿੱਤਿਆ ਸੀ। ਉਹ ਗ੍ਰੈਂਡ ਡਬਲ ਹਾਸਲ ਕਰਨ ਵਾਲੇ ਪਹਿਲੇ ਖਿਡਾਰੀ ਬਣੇ ਸਨ। ਪੰਕਜ ਨੇ ਸਾਲ 2010 ਵਿੱਚ ਹੋਈਆਂ ਏਸ਼ੀਆ ਖੇਡਾਂ ਸੋਨ ਤਮਗਾ ਜਿੱਤੇ ਸੀ ਤੇ ਇਸ ਤੋਂ ਪਹਿਲਾਂ ਵੀ ਸਾਲ 2006